ਦੇਖੋ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਦਲ ਖਾਲਸਾ ਨੇ ਪੰਜ ਪ੍ਰਧਾਨੀ ਨੇ ਹੋਰ ਸਾਰੀਆਂ ਜਥੇਬੰਦੀਆਂ ਨੇ ਇਸ ਅੱਜ ਦਾ ਜਿਹੜਾ ਰੋਸ ਮਜਾਰ ਆ ਉਹਦੇ ਵਿੱਚ ਸ਼ਾਮਿਲ ਹੋਈਆਂ ਅਸੀਂ ਇਹ ਗੱਲ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਨੂੰ ਸਿੱਖ ਹੈ ਜੋ ਉਹ 1947 ਤੋਂ ਪਹਿਲਾਂ ਜੋ ਮਹਿਸੂਸ ਕਰਦੇ ਸੀ ਅੱਜ ਵੀ ਸਿੱਖ ਹੋਈ ਮਹਿਸੂਸ ਕਰਦੇ ਆ ਜਿਹੜੀ ਆਜ਼ਾਦੀ ਦੇ ਜਸ਼ਨ ਹਿੰਦੁਸਤਾਨ ਦੀ ਗੌਰਮੈਂਟ ਮਨਾ ਰਹੀ ਹੈ ਉਹ ਬਿਲਕੁਲ ਸਾਨੂੰ ਕਬੂਲ ਨਹੀਂ ਹੈਗੇ ਅਸੀਂ ਬਿਲਕੁਲ ਸਿੱਖ ਕੌਮ ਇਹ ਮਹਿਸੂਸ ਨਹੀਂ ਕਰਦੀ ਈਵਨ ਸਾਰੀਆਂ ਮਨੋਰਿਟੀਜ਼ ਨਹੀਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਨੂੰ ਆਜ਼ਾਦੀ ਦਿੱਤੀ ਗਈ ਆ ਸੰਵਿਧਾਨ ਉਹਨਾਂ ਲਈ ਵੱਖਰਾ ਆ ਉਹੀ ਮੱਦਾਂ ਜਿਹੜੀਆਂ ਨੇ ਉਹ ਸਾਡੇ ਸੰਵਿਧਾਨ ਦੇ ਲਈ ਸਾਡੀਆਂ ਮਨੋਰਿਟੀਜ਼ ਲਈ ਸਿੱਖਾਂ ਲਈ ਮੁਸਲਮਾਨਾਂ ਲਈ ਉਹਨਾਂ ਲਈ ਵੱਖਰੀਆਂ ਨੇ ਸੋ ਅੱਜ ਅਸੀਂ ਗੌਰਮੈਂਟ ਨੂੰ ਇਸ ਨਿਆਂ ਦੇ ਵੀ ਸਿੱਖ ਆਜ਼ਾਦੀ ਹੈ ਜਿਹੜੀ ਉਹ ਹਰ ਹਾਲਤ 'ਚ ਲੈ ਕੇ ਰਹਿਣਗੇ ਅਸੀਂ ਆਪਣਾ ਦੇਸ਼ ਚਾਹੁੰਦੇ ਹਾਂ ਇਸ ਇੰਟਰਨੈਸ਼ਨਲ ਦੇ ਖਿੱਤੇ ਦੇ ਉੱਤੇ ਔਰ ਜਦੋਂ ਤੱਕ ਉਹ ਨਹੀਂ ਬਣਦਾ ਅਸੀਂ ਇਹਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖਾਂਗੇ।